Assalamu alaikum. Janab, main e Malik Ijaz Ahmed ale awan ale rakbe de utte khada jehra ni la pasu burdi khadi e eh burdi inde ubhe pasu en fasal nazar de pen to aku munji de dheriya ni nazar de pen e ubhe pasa hunda rakba e jehra na shumal di taraf eh maghrib di taraf ਮਗਰਬ ਤਰਫ ਰਕਬਨ ਸਰ ਸਭ ਲਾਲ ਸ਼ਾਦਾਬ ਤੇ ਹੁੰਦੇ ਬਾਅਦ ਇਹ ਬਾ ਮਗਰਬ ਵਾਲਾ ਪਾਸਾ ਹੈ ਸਾਰਾ ਹੁੰਦੇ ਬਾਅਦ ਭਰਾਵਾ ਇਹ ਮੇਰਾ ਮੋਟਰਸਾਈਕਲ ਰਸਤੇ 'ਚ ਖੜੇ ਉੱਥਾਂ ਮੈਂ ਰੋਡ 'ਤੇ ਖੜੀ ਤੇ ਆਇਆ ਪਿਆ ਵਾਲਾ ਮੋਟਰਸਾਈਕਲ 'ਤੇ ਚੜ੍ਹ ਤੇ ਤਸਵੀਰਾਂ ਛਿੱਕੇ ਸਾਂ ਇਹ ਅੱਜ ਸੜਕ 'ਤੇ ਜਿੱਦਾਂ ਟਰੈਕਟਰ ਵਗੈਰਾ ਬੰਦਾ ਪਏ ਇਹ ਇਜਾਜ਼ ਅਹਿਮਦ ਦਾ ਰਕਬਾ ਹੈ ਇਹ ਫਸਲ ਹੈ ਇਹਦੇ ਵਿੱਚ ਕਿਨੋ ਲਾ ਰਾਧਾ ਖੜੇ ਯੱਕਾ ਮੌਣ ਇੱਕ ਏਕੜ 'ਤੇ ਇੱਥਾਂ ਖੜਦਾ ਪਿਆ ਏਕੜ 'ਤੇ ਖੜ੍ਹ 'ਚ ਜਨਾਬ ਕੋਵਲਾ ਸਾਰੀ ਸਿਚੁਏਸ਼ਨ ਦੱਸੇ ਸਾਂ ਹੁਣ ਇਹ ਇੱਕ ਇਜਾਜ਼ ਅਹਿਮਦ ਵਾਲੀ ਇਹ ਸਿੱਧੀ ਲਾਈਨ ਹੈ ਜਾਂ ਹੱਥ ਵਾਲੀ ਮੇਰੇ ਵਾਲੀ ਸਿੱਧੀ ਅੰਗਲ ਵਾਲੀ ਇਹ ਸਿੱਧੀ ਅੰਗਲ ਵਾਲੀ ਲਾਈਨ ਹੈ ਇਹ ਸਿੱਧੀ ਲਾਈਨ ਪੀ ਵੈਂਦੀ ਹੈ ਇਜਾਜ਼ ਅਹਿਮਦ ਦੇ ਰਕਬੇ 'ਤੇ ਬੋਰ 'ਤੇ ਜਿਹੜਾ ਬੋਰ ਖੜੇ ਸੀ ਜਿੱਥੋਂ ਹੁਣ ਮੈਂ ਖੜ੍ਹਾਂ ਇਹ ਸਿੱਧੀ ਜਾ ਦੇ ਉੱਤੇ ਇਹ ਇਹੋ ਬੰਨਾ ਪਿਆ ਵੈਂਦੇ ਸੀ ਬੰਨੇ ਕੋ ਮੈਂ ਅੱਗੇ ਤਾਂ ਕਰੇ ਨਾ ਇਹ ਦੇਖਣੋ ਇਹ ਤੋੜ ਤੱਕ ਇਹ ਬੰਨਾ ਹੈ ਉਹਦੇ ਬਾਅਦ ਜਿਹੜਾ ਨਾ ਇਹ ਲਾਠ ਹੈ ਸਿੱਧੀ ਉਹਦੇ ਬਾਅਦ ਜਿਹੜਾ ਮਗਰਬ ਵਾਲਾ ਪਾਸਾ ਹੈ ਮਗਰ ਜਨੂਬ ਵਾਲਾ ਪਾਸਾ ਜਿੱਥੇ ਮੈਂ ਹੁਣ ਫਿਰਦਾ ਪਿਆ ਫਿਰਨ ਵਾਲੀ ਜਾਗ ਨੂੰ ਇਹਦੇ ਇਜਾਜ਼ ਭਜਦਾ ਰਕਬਾ ਜਿੱਥੇ ਸਾਰੀ ਇਹ ਫੁੱਲਦਾਰ ਫਸਲ ਖੜੀ ਹੈ ਇਹ ਇੱਥੇ ਇਹ ਜੱਕਾ ਰਕਬਾ ਇਜਾਜ਼ ਅਹਿਮਦ ਦਾ ਹੈ ਸਿਧਾਰੂ ਮੈਂ ਫਿਰ ਤਾਂ ਜਨਾਬ ਕਿਨੇ ਸਭ ਸ਼ਹਿ ਭੇਜ ਦੇਸਾਂ ਇਹ ਜਾਜ ਅਹਿਮਦ ਦਾ ਰਕਬਾ ਮੈਂ ਰਕਬਾ ਦੇ ਇੱਕ ਚੁਣਕ ਨੂੰ ਖੜ੍ਹਾਂ ਚੁਣਕ ਨੂੰ ਖੜ੍ਹ ਅਤੇ ਜਨਾਬ ਕੋਈ ਦੱਸਿੰਦਾ ਆਉਂਦਾ ਜੋ ਇਹ ਰਕਬਾ ਹੁੰਦਾ ਹੈ ਹੁਣ ਮੈਂ ਇਹਦੀ ਵੀਡੀਓ ਬਣਾਉਂਦਾ ਪਿਆ ਭਰਾਵਾ ਇਹ ਮੈਂ ਜਨਾਬ ਕਿਨੇ ਬੀਜੇ ਸਾਂ ਅਤੇ ਦੇਖ ਲੈਣ ਇਹ ਮੈਂ ਬੁਰਜੀ ਵਾਲੀ ਜਾ 'ਤੇ ਵਾਪਸ ਆ ਗਿਆ ਇਹ ਬੁਰਜੀ ਖੜ੍ਹੀ ਹੈ ਬੁਰਜੀ ਦੇ ਨਾਲ ਇਹ ਸੜਕ ਪੀ ਪੈਂਦੀ ਹੈ ਇਹ ਇੱਕ ਪਾਸੋਂ ਮਗਰਬ ਵਾਲੀ ਤਰਫ ਮਗਰਬ ਵਾਲੀ ਤਰਫ ਇਹ ਸੜਕ ਵੈਂਦੀ ਪਈ ਹੈ ਇਹ ਸੜਕ ਦੇ ਉੱਤੇ ਭਰਾਵਾ ਮੈਂ ਹੁਣ ਪੈਦਲ ਟੁੱਟਦਾ ਪੈਂਦਾ ਭਰਾਵਾ ਇਹ ਜਾਣ ਮਨ ਦੇ ਰਕਬੇ ਦੇ ਉੱਤੇ ਮੈਂ ਪੈਦਲ ਵੇਂਦਾ ਪਿਆ ਸੜਕ ਗਿੱਧੀ ਬਣਾ ਸੜਕ ਦੇ ਨਾਲ ਨਾਲ ਮੈਂ ਵੇਂਦਾ ਪਿਆ ਇਹ ਹੁੰਦਾ ਰਕਬਾ ਹੈ ਇਹ ਹੁੰਦੀ ਫਸਲ ਹੈ ਇਹ ਬਰਾਵਾ ਏਕੜ ਦੀ ਲਾਈਨ 'ਤੇ ਆ ਗਈ ਏਕੜ ਦੀ ਲਾਈਨ ਹੈ ਸਿੱਧੀ ਹੈ ਖਾਲੇ ਵਾਲੀ ਇਹਨੂੰ ਭੇਜਣਾ ਸ਼ੁਮਾਲ ਦੀ ਤਰਫ ਇਹ ਪੰਜ ਏਕੜ ਦੀ ਲਾਈਨ ਹੈ ਇਹ ਖਾਲਾ ਹੈ ਪੰਜ ਏਕੜ ਦੀ ਇਹ ਵੀ ਲਾਈਨ ਹੈ ਜਿੱਦਾਂ ਹੁਣ ਮੈਂ ਵਲਾ ਚੱਲ ਪਿਆ ਇਹ ਮੈਂ ਸਿੱਧੀ ਮਸ਼ਰਕ ਦੀ ਤਰਫ ਸਾਰਾ ਪੂਰੇ ਦਾ ਪੂਰਾ ਫਸਲ ਖੜੇ ਵਿੱਚ ਜੇ ਮੈਂ ਪੈਦਲ ਟੁੱਟਦਾ ਵਾ ਨਾ ਇਹ ਪੂਰੇ ਮੁਰੱਬੇ ਦੀ ਵੀਡੀਓ ਪਿਆ ਬਣੇ ਨਾ ਇਹ ਮਗਰਬ ਵਾਲੀ ਸੜਕ 'ਤੇ ਖੜ੍ਹਾਂ ਇਹ ਮਗਰਬ ਪਾਸੋਂ ਟਰੈਕਟਰ ਮੋਟਰਸਾਈਕਲ ਵਗੈਰਾ ਇਹ ਖੜ੍ਹੇ ਨੇ ਕੰਮ ਪੇ ਕਰੇ ਨੇ ਇਹ ਵੀ ਪਾਸੋਂ ਮਗਰਬ ਵਾਲੇ ਫਸਲ ਹੈ ਜਿਹੜੀ ਸਰ ਸਭ 'ਤੇ ਸ਼ਾਦਾਬ ਹੈ ਭਰਾਵਾ ਹੁਣ ਮੈਂ ਮੋਟਰਸਾਈਕਲ 'ਤੇ ਚੜ੍ਹਦਾ ਪਿਆ ਮੋਟਰਸਾਈਕਲ 'ਤੇ ਚੜ੍ਹ 'ਤੇ ਜਨਾਬ ਕੋਈ ਵੀ ਸੜਕ ਇਹ ਬਾ ਰਸਤਾ 'ਤੇ ਬੋਰ ਤੱਕ ਵੇਸੂੰ ਜਿੱਥਾ ਪੀਟਰ ਹੋਣੀ ਰਵਾਂ ਦਵਾਂ ਐਂ ਚੱਲਦਾ ਪਏ ਸਾਰੀ ਸੜਕ ਪੈਂਦੀ ਪਈ ਹੈ
ਜਰਾਵਾ ਇਹ ਆਰਜ਼ੀ ਸੜਕ ਗੁਜ਼ਾਰੀ ਖਣੂ ਜਿਹੜੀ ਆਰਜ਼ੀ ਸੜਕ ਚੱਲਦੀ ਪਈ ਹੈ ਇਹ ਜਿੱਦਾਂ ਮੋਟਰਸਾਈਕਲ ਵਾਲੇ ਪਏ ਵੇਂਦੇ ਇੱਕ ਇੱਕ ਦੀ ਲਾਈਨ ਇਹ ਤਲਵੇਂ ਪਾਸੋਂ ਹੈ ਜਿਹੜੀ ਇਹ ਫਸਲ ਖੜੀ ਹੈ ਇਹ ਹੁਣ ਫਸਲ ਦੇ ਉੱਤੇ ਮੈਂ ਇਹ ਲਾਈਨ ਵਹਿੰਦਾ ਪਿਆ ਅੱਗੋਂ ਖਾਲਾ ਰਵਾਉਂਦਾ ਪਿਆ ਰੋਡ ਦੇ ਉੱਤੇ ਉਹ ਦਿਖ ਲੈਂਦਾ ਜਨਾਬ ਇਹ ਫਸਲ ਹੈ ਜਾਲ ਸਾਹਿਬ ਦਾ ਇਹ ਰਕਬਾ ਜੀ ਜਾਲ ਫਿਰਾ ਦਾ ਹੈ ਬਰਾਵਾ ਹੈ ਮੈਂ ਸੜਕ ਦੇ ਉੱਤੇ ਖੜ ਗਿਆ ਜਿੱਦਾਂ ਇਜਾਜ਼ ਬਰਾਦਾ ਪੀਟਰ ਚੱਲਦਾ ਪਏ ਇਹ ਪਾਣੀ ਰਵਾਨ ਦਵਾਂ ਇਹ ਚਾਰ ਏਕੜ ਦੀ ਲਾਈਨ ਉੱਤੇ ਜਿੱਦਾਂ ਇਹ ਖਾਲਾ ਚੱਲਦਾ ਪਏ ਮੈਂ ਖਾਲਾ ਦੇ ਉੱਤੇ ਖੜ ਗਿਆ ਖਾਲਾ ਦੇ ਉੱਤੇ ਖੜ ਗਿਆ ਇਹ ਖਾਲਾ ਰਵਾਨ ਦਵਾਂ ਚੱਲਦਾ ਪਏ ਇਹ ਪਾਣੀ ਆਉਂਦਾ ਪਏ ਉਹਦੇ ਬਾਅਦ ਇਹ ਵੀ ਆਰਜ਼ੀ ਸੜਕ ਕੇ ਇੱਕ ਲਾਈਨ ਏਕੜ ਦੀ ਇਹ ਤਲੂ ਹੈ ਚਾਰ ਏਕੜ ਦੀ ਲਾਈਨ ਉੱਤੇ ਇੱਕ ਏਕੜ ਦੀ ਲਾਈਨ ਤਲੂ ਜਿਹੜਾ ਇਹ ਫਸਲ ਪਵਾਂਦੇ ਇਹ ਪਾਣੀ ਜਾਲ ਬਿਰਾ ਦੇ ਸੜਕ ਦੇ ਪਾਰ ਪਿਆ ਮੰਦੇ ਪੀਟਰ ਵਾਲਾ ਪਾਣੀ ਚੱਲਦਾ ਪਿਆ ਇਹ ਲਾਈਨ ਸਾਰੀ ਹੁਣ ਇਜਾਜ਼ ਬਿਰਾ ਦੀ ਹੈ ਬਰਾਵਾ ਹੁਣ ਦੇ ਬਾਅਦ ਇਹ ਪਾਰੋਂ ਜੇ ਰਹਿਣਾ ਜਿਵੇਂ ਦੋ ਰੁਪਏ ਦੀ ਇੱਕ ਰੁਪਏ ਦੀ ਲਾਈਨ ਪਾਰ ਰੋਲੇ ਰੋਡ ਦੇ ਉੱਤੇ ਮੇਨ ਰੋਲੇ ਇੰਡਸ ਆਜ ਪਏ ਇਹ ਸਾਰੇ ਦਰਖਤ ਵਗੈਰਾ ਅਤੇ ਇਹ ਬਿਜਲੀ ਦੇ ਪੋਲ ਤੱਕ ਨਜ਼ਰ ਦੇ ਪੈਣ ਖੰਭੇ ਇਹ ਜਲਦ ਬਿਰਾ ਦਾ ਰਕਬਾ ਹੈ ਹੁਣ ਬਰਾਵਾ ਮੋਟਰਸਾਈਕਲ ਖੜ੍ਹੇ ਜਾ ਮੇਰਾ ਰਵਾਂ ਚੱਲਦਾ ਖੜ੍ਹੇ ਬਸ ਤਾਂ ਨਾਲ ਬੱਧਾ ਖੜ੍ਹੇ ਅਤੇ ਮੈਂ ਬਰਾਵਾ ਹੁਣ ਬੋਰ ਵਾਲੀ ਜਾ ਕੇ ਜਾਵੇਂ ਨਾ ਲਿਆਕਤ ਪਿਤੋ ਕੀ ਦੇ ਨਾਲ ਲੱਗਦਾ ਜੇ ਫਸਲ ਹੀ ਖੜੇ ਪਾਣੀ ਖੜੇ ਦਰਖਤ ਹੀ ਖੜੇ ਆ ਬਰਾਵਾ ਹੁਣ ਮੈਂ ਮੇਨ ਖਾਲ ਤੇ ਆ ਗਿਆ ਜਿੱਥਾਂ ਇਹ ਰੋਡ ਕਰਾਸ ਵੀ ਕਰਦੀ ਹੈ ਐਕਸੀਵੇਟਰ ਦੇ ਨਾਲ ਇਹ ਖਾਲਾ ਖੱਟਿਆ ਪਏ ਜੇ ਮੈਂ ਸ਼ੁਮਾਲ ਵਾਲੀ ਤਰਫ ਖਾਲੇ ਦਾ ਫੋਟੋ ਪਿਆ ਚੁੱਕੇ ਨਾ ਹੁੰਦੇ ਬਾਅਦ ਲੰਮੇ ਪਾਸੋਂ ਹੀ ਖਾਲ ਹੈ ਇਹ ਅੰਡਾ ਪਏ ਨਹਿਰ ਕੋਲੋਂ ਇਹ ਪਾਰੋਂ ਟ੍ਰੈਫਿਕ ਰਵਾਂ ਦਵਾਂ ਪੀ ਚੀਂਦੀ ਹੈ ਇਹ ਜਾਤ ਪਟੋਕੀ ਦੀ ਫੁੱਟ ਇਹ ਇਜਾਜ਼ ਪਟੋਕੀ ਦੀ ਕੋਠੀ ਹੈ ਸਾਹਮਣੇ ਇਹ ਸਾਡਾ ਖਾਲਾ ਪਿਆਮ ਦੇ ਐਕਸੀਵੇਟਰ ਨਾਲ ਇਹ ਸਾਡਾ ਰਕਬਾ ਹੈ ਇਹ ਇਵੇਂ ਜਿਹੜਾ ਮੈਂ ਫਿਰੇ ਨਾਮ ਦਾ ਇਹ ਮੇਨ ਖਾਲ ਹੈ ਜਿਹੜਾ ਐਕਸੀਵੇਟਰ ਦੇ ਨਾਲ ਖੱਟਿਆ ਪਿਆ ਢੇਰ ਸਾਰਾ ਲੰਬਾ ਪਾਣੀ ਧੂਣ ਦੇ ਇਹ ਕਾਦਰਾ ਕੈਨਾਲ ਹੈ ਕਾਦਰੇ ਕੈਨਾਲ ਦੇ ਨਾਲ ਮੇਨ ਕੈਨਾਲ ਹੈ ਨਾਲ ਇੰਡਸ ਆਈ ਵੇ ਹੈ ਉਹਦੇ ਬਾਅਦ ਜਿਹੜੇ ਖੰਭੇ ਲੱਗੇ ਖੜੇ ਨੇ ਦਰਖਤ ਸਾਹਮਣੇ ਨਜ਼ਰ ਦੇ ਪੈਣ ਜਿਹੜੇ ਇਹ ਨਹਿਰ ਦੇ ਉੱਤੇ ਖੜੇ ਨੇ ਬਰਾਵਾ ਇਹ ਹੁਣ ਇਹ ਖਾਲਾ ਹੈ ਜਿਹੜਾ ਇਜਾਜ਼ ਬਈ ਦੇ ਰਕਬੇ ਦੇ ਨਾਲ ਪਾਸੇ ਨੂੰ ਵਹਿੰਦਾ ਪਿਆ ਸ਼ੁਮਾਲ ਦੀ ਤਰਫ ਵੰਨ ਖੜੀ ਦੇ ਮੈਂ ਬਾਹਰ ਦੇ ਉੱਤੇ ਖੜਾਂ ਵਾਲਾ ਬੋਰ 'ਤੇ ਪਿਆ ਵੇਂਦਾ ਇਹ ਮੁੰਜੀ ਦਾ ਢੇਰ ਆਈ ਇਜਾਜ਼ ਬਰਾ ਦੇ ਪਾਸੇ ਪੈਂਦਾ ਖਾਲ ਹੈ ਜਿਹੜਾ ਮੇਨ ਖਾਲ ਬੋਰ ਕਿਨੇ ਪਿਆਉਂਦੇ ਪੁਰਬੇ ਦੀ ਆਖਰੀ ਚੋਂਡ ਦਾ ਸ਼ੁਮਾਲੀ ਤਰਫ ਦੇ ਬੋਰ ਨੇ ਬਾਅਦ ਬਿਰਾ ਦੇ ਬੋਰ ਤੇ ਪਾਣੀ ਪਿਆ ਆ ਬਰਾਵਾ ਇਹ ਜਾਲ ਬਿਰਾ ਦਾ ਬੋਰ ਪਿਆ ਚੱਲਦੇ ਇਹ ਪੀਟਰ ਪਿਆ ਚੱਲਦੇ ਉਹਦੇ ਬਾਅਦ ਇਹ ਬੋਰ 40 ਫੁੱਟ ਥੱਲੇ ਚਿਪਕਾਏ
ਪੂਰੇ ਪਰ ਹੈ ਗਏ ਮਸ਼ੀਨ ਨਾਲ ਕਟਵਾ ਦੇ ਪਾਣੀ ਕਿਤੇ ਨੇ ਇਹ ਇਜਾਜ ਬਰਾ ਦਾ ਬੋਰ ਚੱਲਦਾ ਪਏ ਅਤੇ ਮੈਂ ਹੀ ਜਿਹੜਾ ਨਾ ਮਸ਼ਰਕ ਵਾਲੀ ਤਰਫ ਦੇ ਉੱਤੇ ਪੱਥਰੀ ਲੈਣ 'ਤੇ ਖੜਾ ਇਹ ਸਾਰੇ ਮਰਕਬਾ ਹੁੰਦਾ ਇਹ ਪੀਟਰ ਹੁੰਦਾ ਚੱਲਦਾ ਪਏ ਤੁਹਾਡੇ ਸਾਹਮਣੇ ਬੋਰ ਪਾਣੀ ਵਹਿੰਦਾ ਪਏ ਜਾ ਰਿਹਾ ਇੱਦਾਂ ਇਹ ਉਹਦਾ ਪੀਟਰ ਪਿਆ ਚੱਲਦੇ ਜਿਹੜਾ ਪਾਣੀ ਕੱਢਣਾ ਪਏ ਇਹ ਮੁਰੱਬੇ ਦੀ ਇੱਕ ਟੋਨ ਦੇ ਉੱਤੇ ਬੋਰ ਲੱਗਾ ਹੋਇਆ ਹੈ ਬੋਰ ਦੇ ਨਾਲ ਇਹ ਪੱਥਰ ਲਾਇਆ ਜਿੱਥਾਂ ਅਸਾਂ ਸੀਮੈਂਟ ਦਿਆਂ ਪਾਈਪ ਲਾ ਦਿੱਤੀਆਂ ਹਨ ਅਸਾਂ ਇਹ ਚੁੰਡ ਦੇ ਉੱਤੇ ਇਹ ਪਾਸੇ ਬਾਅਦ ਮੁਰੱਬਾ ਮੁਰੱਬੇ ਦੀ ਇੱਕ ਚੁੰਡ ਦੇ ਉੱਤੇ ਹੁੰਦੀ ਜਾਂ ਲੱਗੀ ਖੜੀ ਹੈ ਬੁਰਦੀ ਜਿਹੜੀ ਟੇੜੀ ਥਈ ਖੜੀ ਹੈ ਇਹ ਇੱਥੇ ਇੱਕ ਜਨਾਬ ਕੋ ਪਹਿਲੇ ਦਿਖ ਲਏ ਹਾਂ ਇੱਕ ਬੁਰਦੀ ਇਹ ਬੁਰਦੀ ਦੇ ਸਾਹਮਣੇ ਜਿਹੜੀ ਹੈ ਦਰਖਤਿਆਂ ਵਾਲੀ ਲਾਈਨ ਇਹ ਸਿੱਧੀ ਵੇਂਦੀ ਹੈ ਮਗਰਬ ਦੀ ਤਰਫ ਉਹਦੇ ਨਾਲ ਇਹ ਹੁੰਦਾ ਬੋਰ ਜਿਹੜਾ ਨਾਲ ਸਾਹਮਣੇ ਚੱਲਦਾ ਪਿਆ ਚੁਣ ਦੇ ਉੱਤੇ ਤਕਰੀਬਨ ਇੱਕ ਕਨਾਲ ਦੇ ਫਾਸਲੇ ਦੇ ਉੱਤੇ ਇਹ ਇਜਾਜ ਬਰਾ ਦਾ ਸਾਲਮ ਰਕਬਾ ਹੈ ਇਹ ਸਾਲਮ ਰਕਬਾ ਇਵੇਂ ਇਜਾਜ ਬਰਾ ਦਾ ਹੈ ਇਹ ਪੀਟਰ ਦੀ ਆਵਾਜ਼ ਜਨਾਬ ਸੁਣਦੇ ਖੜੇ ਹੋ ਸੋ ਇਹ ਤੁਹਾਡਾ ਆਪਣਾ ਬੇਲੀ ਖਾਜਾ ਸ਼ਾਗਿਰ ਪਟਵਾਰੀ ਨਹਿਰ ਰੀਡਰ ਮਹਿਕਮਾ ਨਹਿਰ ਖੁਦਾ ਹਾਫਿਜ਼।